ਇਹ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਹੂ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਘਰ ਵਾਲੇ ਨੂੰ ਬਾਹਰ ਭੇਜਣ ਦੇ ਚੱਕਰ ਵਿੱਚ ਬੂਰਾ ਫਸਿਆ ਮੁੰਡਾ ਹੁਣ ਲਾਉਣੇ ਪੈ ਰਹੇ ਨੇ ਧਰਨੇ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਫਗਵਾੜੇ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਪੀੜਤ ਦੇ ਵੱਲੋਂ ਇਨਸਾਫ ਦੀ ਮੰਗ ਲਈ ਧਰਨਾ ਦਿੱਤਾ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੇ ਏਜੰਟ ਤੋਂ 2.5 ਲੱਖ ਰੁਪਏ ਵਾਪਸ ਲੈਣੇ ਸੀ ਪਰ ਏਜੰਟ ਨੇ ਰੁਪਏ ਵਾਪਸ ਕਰਨ ਦੀ ਬਜਾਏ ਉਹਨਾਂ ਦੇ ਨਾਲ ਖੇਚ ਧੂ ਕੀਤੀ ਉਹਨਾਂ ਦੇ ਥੱਪੜ ਤੱਕ ਮਾਰ ਦਿੱਤੇ ਇੱਕ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਦੇ ਰਿਸ਼ਤੇਦਾਰ ਦਾ ਰੋਸ਼ਨ ਲਾਲ ਨਾਮਕ ਏਜੰਟ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ ਤਸਵੀਰ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਤੁਸੀਂ ਦੇਖ ਸਕਦੇ ਹੋ ਜਿਸ ਕਾਰਨ ਜਦੋਂ ਉਹ ਪੈਸੇ ਲੈਣ ਦੇ ਲਈ ਏਜੰਟ ਕੋਲ ਗਏ ਤਾਂ ਏਜੰਟ ਵੱਲੋਂ ਬੁਲਾਏ ਗਏ ਲੜਕੀਆਂ ਨੇ ਉਹਨਾਂ ਨਾਲ ਖੇਚੂ ਧੂ ਕੀਤੀ ਉਹਨਾਂ ਦੇ ਸਾਹਮਣੇ ਰੀਵਾਲਵਰ ਕੱਢ ਦਿੱਤਾ ਤੇ ਉਹਨਾਂ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਤਰਨਾ ਦਿੱਤਾ ਜਾ ਰਿਹਾ ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 11 ਮਹੀਨੇ ਪਹਿਲਾਂ ਉਹਨਾਂ ਨੇ ਆਪਣੀ ਪਤਨੀ ਨੂੰ ਸਿੰਗਾਪੁਰ ਭੇਜਣ ਲਈ ਏਜੰਟ ਨੂੰ 2.5 ਲੱਖ ਰੁਪਏ ਦਿੱਤੇ ਸੀ ਜਿਸ ਕਾਰਨ ਉਹ ਪੈਸੇ ਆਂਦੇ ਲੈਣ ਦੇਣ ਦੇ ਲਈ ਰਾਤ ਸਮੇਂ ਏਜੰਟ ਕੋਲੇ ਗਏ ਸੀ ਏਜੰਟ ਨੇ ਕਿਹਾ ਕਿ ਉਹ ਸਵੇਰੇ 11 ਵਜੇ ਬੁਲਾਇਆ ਸੀ ਜਦੋਂ ਉਹ ਏਜੰਟ ਕੋਲ ਗਿਆ ਤਾਂ ਏਜੰਟ ਵੱਲੋਂ ਬੁਲਾਏ ਗਏ ਦੋ ਨੌਜਵਾਨ ਪਹਿਲਾਂ ਹੀ ਉੱਥੇ ਬੈਠੇ ਸਨ ਜਿਨ੍ਹਾਂ ਕੋਲੇ ਅਸਲਾ ਵੀ ਸੀ ਜਿਵੇਂ ਹੀ ਉਹਨਾਂ ਨੇ ਪੈਸਿਆਂ ਸੰਬੰਧੀ ਗੱਲਬਾਤ ਕੀਤੀ ਤਾਂ ਨੌਜਵਾਨ ਉਹਨਾਂ ਦੀ ਪਤਨੀ ਨੂੰ ਅਪਸ਼ਬਦ ਬੋਲਣ ਲੱਗੇ ਅਤੇ ਉਸ ਦੇ ਨਾਲ ਖੇਚ ਤੂ ਕਰਨ ਲੱਗੇ ਜਿਸ ਤੋਂ ਬਾਅਦ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੌਜਵਾਨਾਂ ਨੇ ਉਹਨਾਂ ਉੱਤੇ ਰਿਵਾਲਵਰ ਵੀ ਤਾਣਿਆ ਉਹਨਾਂ ਨੂੰ ਵੀ ਫੜਿਆ ਜਾਵੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਲਸ ਨਾਮਕ ਔਰਤ ਨੇ ਦਰਖਾਸਤ ਦਿੱਤੀ ਹੈ ਜਿਸ ਵਿੱਚ ਰੌਸ਼ਨ ਨਾਮਕ 에ਜੰਟ ਅਤੇ ਦੋ ਵਿਅਕਤੀਆਂ ਦੇ ਖਿੱਚ ਤੋ ਕਰਨ ਦੇ ਦੋਸ਼ ਲਾਏ ਨੇ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਹੈ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤਫ਼ਤੀਸ਼ ਦੌਰਾਨ ਜੋ ਵੀ ਸਾਹਮਣੇ ਆਵੇਗਾ ਉਸ ਦੇ ਮੁਤਾਬਕ ਵਣਦੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ